ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਡਾਕਟਰ ਹਰਮਨ ਜੀਰਾ। ਦੋਸਤੋ, ਅੱਜ ਅਸੀਂ ਇੱਕ ਖਾਸ ਅਨਾਜ ਦੀ ਗੱਲ ਕਰਾਂਗੇ ਜਿਹਨੂੰ ਮਿਲਟਸ ਵੀ ਕਿਹਾ ਜਾਂਦਾ। ਇਹ ਸਾਨੂੰ ਕਈ ਬਿਮਾਰੀਆਂ ਤੋਂ ਤਾਂ ਬਚਾ ਕੇ ਰੱਖਦਾ ਹੀ ਆ, ਇਹਦੇ ਨਾਲ ਨਾਲ ਸਾਨੂੰ ਸ਼ੂਗਰ ਦੀ ਪਰੇਸ਼ਾਨੀ ਹੋਣ ਤੋਂ ਵੀ ਬਚਾਉਂਦਾ ਹੈ, ਅਤੇ ਸ਼ੂਗਰ ਦੇ ਮਰੀਜ਼ਾਂ ਵਾਸਤੇ ਵੀ ਬਹੁਤ ਵਧੀਆ ਮੰਨਿਆ ਗਿਆ ਇਹਦਾ ਆਟਾ। ਸੋ ਜ਼ਿਆਦਾਤਰ ਅਸੀਂ ਕਣਕ ਅਤੇ ਚਾਵਲ ਹੀ ਵਰਤਦੇ ਹਾਂ। ਸੋ ਕਣਕ ਅਤੇ ਚਾਵਲ ਦਾ ਗਲਾਈਸੈਮਿਕ ਇੰਡੈਕਸ ਘੱਟ ਹੋਣ ਕਰਕੇ ਬੜੀ ਜਲਦੀ ਸ਼ੂਗਰ ਨੂੰ ਉੱਪਰ ਪਹੁੰਚਾ ਦਿੰਦਾ ਸਾਡੇ। ਪਰ ਜਿਹੜਾ ਮਿਲਟਸ ਦਾ ਜੇ ਅਸੀਂ ਆਟਾ ਵਰਤੀਏ ਤਾਂ ਇਹਦੇ ਨਾਲ ਸਾਨੂੰ ਬੜੇ ਲਾਭ ਮਿਲਦੇ, ਫਾਇਦੇ ਮਿਲਦੇ। ਸੋ ਅਸੀਂ ਇਸ ਬਾਰੇ ਵਿਸਥਾਰ ਨਾਲ ਗੱਲ ਕਰਦੇ ਹਾਂ। ਸੋ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਨਾ ਅਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਜ਼ਰੂਰ ਕਰਿਓ। ਦੋਸਤੋ, ਜਿਹੜੇ ਆਟੇ ਦੀ ਅਸੀਂ ਗੱਲ ਕਰਦੇ ਹਾਂ ਉਹਦੇ ਵਿੱਚ ਆ ਜਾਂਦਾ ਜਵਾਰ, ਬਾਜਰਾ, ਫਿਰ ਰਾਗੀ, ਉਹਦੇ 'ਚ ਆਉਂਦਾ ਏ ਕੰਗਣੀ, ਚੇਨਾ, ਫਿਰ ਸਵਾਂਗ ਅਤੇ ਕੁਟਕੀ। ਇਹ ਵੱਖਰੇ ਵੱਖਰੇ ਤਰ੍ਹਾਂ ਦੇ ਜਿਹੜੇ ਆਟੇ ਆ, ਵੱਖਰੀਆਂ ਵੱਖਰੀਆਂ ਕਿਸਮਾਂ ਦੇ, ਇਹਨਾਂ ਨੂੰ ਸਿਹਤ, ਸਾਡੀ ਸਿਹਤ ਵਾਸਤੇ ਇਹ ਬਹੁਤ ਬੈਨੀਫਿਸ਼ੀਅਲ ਆ, ਬੜੇ ਫਾਇਦੇ ਦਿੰਦੇ ਆ। ਸੋ ਜੇ ਇਹਦੇ ਪਹਿਲੇ ਫਾਇਦੇ ਦੀ ਗੱਲ ਕਰੀਏ, ਜੇ ਅਸੀਂ ਮਲਟੀਗ੍ਰੇਨ ਦਾ ਆਟਾ ਜਾਂ ਜਿਹੜੇ ਮੈਂ ਆਟੇ ਤੁਹਾਨੂੰ ਦੱਸੇ ਆ ਇਹਨਾਂ ਦਾ ਵਰਤੋਂ ਕਰਦੇ ਹਾਂ ਤਾਂ ਇਹਦੇ ਨਾਲ ਸਾਡੇ ਖੂਨ 'ਚ ਜਿਹੜਾ ਬਲੱਡ ਸ਼ੂਗਰ ਲੈਵਲ ਆ ਉਹ ਮੇਨਟੇਨ ਰਹਿੰਦਾ। ਉਹ ਇਸ ਕਰਕੇ ਰਹਿੰਦਾ ਕਿਉਂਕਿ ਇਹ ਜਿੰਨੇ ਵੀ ਆਟੇ, ਇਹਨਾਂ ਦਾ ਇੱਕ ਤਾਂ ਫਾਈਬਰ ਦਾ ਅਮਾਊਂਟ ਆ ਜਿਹੜਾ, ਇਹਨਾਂ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਆ, ਜਿਹਦੇ ਕਰਕੇ ਸਾਡੀਆਂ ਅੰਤੜੀਆਂ 'ਚ ਜਿਹੜਾ ਸ਼ੂਗਰ ਦਾ ਸੋਖਣਾ ਹੈ, ਸ਼ੂਗਰ ਦੀ ਅਬਜ਼ੋਰਪਸ਼ਨ ਜਿਹੜਾ ਅਸੀਂ ਮਿੱਠਾ ਖਾਂਦੇ ਹਾਂ ਉਹਨੂੰ ਘੱਟ ਕਰਦਾ ਇਹ ਆਟਾ। ਇਹਦੇ ਨਾਲ ਨਾਲ ਇਹ ਆਟੇ ਦਾ ਗਲਾਈਸੈਮਿਕ ਇੰਡੈਕਸ ਘੱਟ ਹੋਣ ਕਰਕੇ ਇਹ ਤੁਰੰਤ ਨਹੀਂ ਸਾਡੇ ਸ਼ੂਗਰ ਦੇ ਲੈਵਲ ਨੂੰ ਉੱਪਰ ਲੈ ਕੇ ਜਾਂਦਾ। ਸੋ ਜਿਨ੍ਹਾਂ ਚੀਜ਼ਾਂ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਉਹ ਚੀਜ਼ਾਂ ਸ਼ੂਗਰ ਦੇ ਮਰੀਜ਼ਾਂ ਲਈ ਵਧੀਆ ਹੁੰਦੀਆਂ ਹੈ। ਅਤੇ ਨਵੀਆਂ ਸਟੱਡੀਜ਼ ਇਹ ਵੀ ਦੱਸਦੀਆਂ ਕਿ ਇਹ ਆਟਾ ਘੱਟੋ ਘੱਟ 30% ਸ਼ੂਗਰ ਹੋਣ ਦਾ ਜਿਹੜਾ ਖਤਰਾ ਹੈ ਉਹ ਵੀ ਘੱਟ ਕਰਦਾ। ਸੋ ਜੇ ਅਸੀਂ ਕਣਕ ਅਤੇ ਚਾਵਲ ਖਾਣ ਦੀ ਬਜਾਏ ਇਹ ਅਨਾਜ ਦੀ ਵਰਤੋਂ ਕਰਦੇ ਹਾਂ ਜਾਂ ਅਸੀਂ ਕਣਕ ਦੇ ਵਿੱਚ ਇਸ ਆਟਿਆਂ ਨੂੰ ਮਿਲਾ ਕੇ ਖਾਂਦੇ ਹਾਂ ਇਸ ਅਨਾਜ ਨੂੰ, ਤਾਂ ਸਾਨੂੰ ਬਹੁਤ ਫਾਇਦਾ ਮਿਲੂਗਾ, ਅਸੀਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ। ਇਹਦੇ ਨਾਲ ਨਾਲ ਦੋਸਤੋ, ਇਹ ਆਟੇ 'ਚ ਆਇਰਨ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਦੀ ਮਾਤਰਾ ਬਹੁਤ ਵਧੀਆ ਹੁੰਦੀ ਆ। ਸੋ ਜਿਹਦੇ ਕਰਕੇ ਜੇ ਅਸੀਂ ਇਹਦਾ ਸੇਵਨ ਕਰਦੇ ਹਾਂ ਤਾਂ ਸਾਨੂੰ ਪੂਰਾ ਦਿਨ ਐਨਰਜੀ ਬਣੀ ਰਹਿੰਦੀ ਆ ਅਤੇ ਸਾਡਾ ਇਮਿਊਨ ਸਿਸਟਮ ਵੀ ਵਧੀਆ ਹੁੰਦਾ ਏ, ਬਿਮਾਰੀਆਂ ਨਾਲ ਲੜਨ ਦੀ ਸਾਡੀ ਤਾਕਤ ਉਹ ਵੀ ਵੱਧਦੀ ਆ। ਅਤੇ ਬਾਕੀ ਜਿਨ੍ਹਾਂ ਲੋਕਾਂ ਨੇ ਭਾਰ ਘੱਟ ਕਰਨਾ ਏ ਉਹਨਾਂ ਵਾਸਤੇ ਵੀ ਇਹ ਅਨਾਜ ਬਹੁਤ ਵਧੀਆ ਮੰਨੇ ਗਏ ਆ ਕਿਉਂਕਿ ਇਸ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਅਤੇ ਇਹਦਾ ਕੈਲਰੀ ਅਮਾਊਂਟ ਆ ਜਿਹੜਾ ਉਹ ਬਹੁਤ ਘੱਟ ਹੁੰਦਾ। ਸੋ ਜਿਹਦੇ ਕਰਕੇ ਜਿਨ੍ਹਾਂ ਨੇ ਭਾਰ ਆਪਦਾ ਘੱਟ ਕਰਨਾ ਉਹਨਾਂ ਵਾਸਤੇ ਬਹੁਤ ਫਾਇਦਾ ਦਿੰਦਾ ਇਹ ਆਟਾ, ਬੜੀ ਜਲਦੀ ਭਾਰ ਘੱਟ ਹੁੰਦਾ ਏ। ਜੇ ਅਸੀਂ ਕਣਕ ਖਾਂਦੇ ਹਾਂ ਜਾਂ ਚਾਵਲ ਖਾਂਦੇ ਹਾਂ ਤਾਂ ਉਦੋਂ ਭਾਰ ਘਟਾਉਣਾ ਬਹੁਤ ਔਖਾ ਹੁੰਦਾ, ਪਰ ਜੇ ਅਸੀਂ ਉਹਦੀ ਬਜਾਏ ਇਹ ਆਟੇ ਦੀ ਵਰਤੋਂ ਕਰਦੇ ਹਾਂ ਤਾਂ ਬੜੀ ਜਲਦੀ ਸਾਡੇ ਜਿਹੜੀ ਚਰਬੀ ਆ ਉਹ ਬਲ ਜਾਂਦੀ ਆ। ਅਤੇ ਦੋਸਤੋ, ਜੇ ਅਸੀਂ ਇਹ ਆਟੇ ਦਾ ਸੇਵਨ ਕਰਦੇ ਹਾਂ ਇਹਦੇ ਨਾਲ ਸਾਡੇ ਜਿਹੜੀਆਂ ਹੱਡੀਆਂ ਏ ਜੋੜ ਉਹ ਵੀ ਮਜ਼ਬੂਤ ਰਹਿੰਦੇ ਕਿਉਂਕਿ ਇਹਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਵਧੀਆ ਹੁੰਦੀ। ਇਹਦੇ ਨਾਲ ਨਾਲ ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਏ, ਟ੍ਰਾਈਗਲਸਰਾਈਡ ਜਾਂ ਕੋਲੈਸਟਰੋਲ ਵਧੇ ਹੋਏ, ਉਹਨਾਂ ਨੂੰ ਤਾਂ ਜ਼ਰੂਰ ਇਸ ਆਟੇ ਦਾ ਸੇਵਨ ਕਰਨਾ ਚਾਹੀਦਾ ਕਿਉਂਕਿ ਵਿਗਿਆਨ ਕਹਿੰਦੀ ਵੀ ਇਹ ਆਟਾ ਟ੍ਰਾਈਗਲਸਰਾਈਡ ਅਤੇ ਕੋਲੈਸਟਰੋਲ ਨੂੰ ਵੀ ਕੰਟਰੋਲ 'ਚ ਰੱਖਦੇ ਆ, ਜਿਹੜੇ ਮੈਂ ਮਿਲਟਸ ਦੀ ਗੱਲ ਕਰ ਰਿਹਾ, ਅਨਾਜਾਂ ਦੀ ਗੱਲ ਕਰ ਰਿਹਾ। ਸੋ ਇਹਨਾਂ ਦਾ ਸੇਵਨ ਕਰਨਾ ਸਾਡਾ ਖੂਨ 'ਚ ਵਧੀ ਜਿਹੜੀ ਚਰਬੀ ਆ ਉਹ ਘੱਟ ਹੁੰਦੀ ਆ, ਇਹਦੇ ਨਾਲ ਨਾਲ ਇਹਨਾਂ 'ਚ ਮੈਗਨੀਸ਼ੀਅਮ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ 'ਚ ਰੱਖਦਾ ਇਹ ਆਟਾ।
ਸੋ ਹੁਣ ਅਸੀਂ ਇੱਕ ਸ਼ੂਗਰ ਨੂੰ ਕੰਟਰੋਲ ਕਰਨ ਦਾ ਇੱਕ ਨੁਸਖਾ ਵੀ ਮੈਂ ਤੁਹਾਨੂੰ ਦੱਸੂਗਾ, ਇੱਕ ਡਰਿੰਕ ਤਿਆਰ ਕਰਨ ਵਾਸਤੇ ਉਹਦੀ ਵਿਧੀ ਜਾਣਾਂਗੇ, ਜਿਹਦੇ ਨਾਲ ਅਸੀਂ ਜੇ ਉਹਦਾ ਰੋਜ਼ਾਨਾ ਸੇਵਨ ਕਰਦੇ ਹਾਂ ਤਾਂ ਸਾਡੇ ਜਿਹੜਾ ਸ਼ੂਗਰ ਦਾ ਲੈਵਲ ਆ ਉਹ ਮੇਨਟੇਨ ਰਹੂਗਾ। ਸੋ ਦੋਸਤੋ, ਡਰਿੰਕ ਤਿਆਰ ਕਰਨ ਲਈ ਅਸੀਂ 3 ਤੋਂ 4 ਚਮਚੇ ਲੈਣੇ ਰਾਗੀ ਦੇ ਆਟੇ ਦੇ। ਅਸੀਂ ਰਾਗੀ ਨੂੰ ਭੁੰਨ ਲੈਣਾ ਹੈ ਵਧੀਆ ਤਰੀਕੇ ਨਾਲ, ਪਰ ਜ਼ਿਆਦਾ ਨਹੀਂ ਭੁੰਨਣਾ, ਨਹੀਂ ਤਾਂ ਕੜੱਤਣ ਆ ਜਾਂਦੀ ਆ। ਇਹਦੇ ਨਾਲ ਨਾਲ ਅਸੀਂ 1/2 ਕੱਪ ਦਹੀਂ ਦਾ ਲੈਣਾ ਹੈ, 1 ਚੁਟਕੀ ਕਾਲਾ ਨਮਕ ਲੈਣਾ ਹੈ ਅਤੇ ਹਿੰਗ ਲੈਣੀ ਹੈ 1 ਚੁਟਕੀ, ਅਤੇ 1 ਗਲਾਸ ਜਾਂ 1/2 ਗਲਾਸ ਪਾਣੀ ਦਾ ਲਓ। ਦੋਸਤੋ, ਇਹ ਨੁਸਖਾ ਤਿਆਰ ਕਰਨ ਵਾਸਤੇ ਤੁਸੀਂ ਪਾਣੀ ਨੂੰ ਉਬਾਲੋ, ਇਹਦੇ ਵਿੱਚ ਕਾਲਾ ਨਮਕ ਥੋੜ੍ਹਾ ਜਿਹਾ ਐਡ ਕਰ ਲਓ ਸਵਾਦ ਅਨੁਸਾਰ, ਇਹਦੇ ਵਿੱਚ 1 ਚੁਟਕੀ ਹਿੰਗ ਦੀ ਐਡ ਕਰ ਲਓ, ਅਤੇ ਉੱਬਲਦਾ ਹੋਵੇ ਜਦੋਂ ਇਹ ਪਾਣੀ ਤਾਂ ਉਦੋਂ ਇਹਦੇ ਵਿੱਚ ਜਿਹੜਾ ਤੁਸੀਂ ਭੁੰਨਿਆ ਹੋਇਆ ਆਟਾ ਹੈ ਰਾਗੀ ਦਾ ਉਹਨੂੰ ਹੌਲੀ ਹੌਲੀ ਮਿਕਸ ਕਰੋ, ਨਾਲ ਨਾਲ ਉਹਨੂੰ ਚਮਚੇ ਦੇ ਨਾਲ ਉਹਨੂੰ ਹਿਲਾਉਣਾ ਸ਼ੁਰੂ ਕਰ ਦਿਉ ਤਾਂ ਜੋ ਜਿਹੜੀਆਂ ਆਟੇ ਦੀਆਂ ਗੰਢਾਂ ਨਾ ਬਣ ਸਕਣ, ਅਤੇ ਜਦੋਂ ਵਧੀਆ ਤਰੀਕੇ ਨਾਲ ਮਿਕਸ ਹੋ ਜਾਏ ਤਾਂ ਉਸ ਤੋਂ ਬਾਅਦ ਜਿਹੜਾ ਤੁਸੀਂ ਦਹੀਂ ਲਿਆ ਹੈ, ਦਹੀਂ ਨੂੰ ਥੋੜ੍ਹਾ ਜਿਹਾ ਪਾਣੀ ਪਾ ਕੇ ਉਹਨੂੰ ਪਹਿਲਾਂ ਹੀ ਵਧੀਆ ਤਰੀਕੇ ਨਾਲ ਮਿਕਸ ਕਰ ਲਓ, ਅਤੇ ਇਹ ਜਿਹੜਾ ਘੋਲ ਤਿਆਰ ਹੋਇਆ ਹੈ ਦਹੀਂ ਦਾ, ਕਹਿ ਲਓ ਵੀ ਦਹੀਂ ਜਿਹੜੀ ਤੁਸੀਂ ਮਿਕਸ ਕੀਤੀ ਆ ਉਹਨੂੰ ਇਸ ਆਟੇ ਵਾਲੇ ਘੋਲ 'ਚ ਐਡ ਕਰ ਦਿਉ। ਅਤੇ ਦੋਸਤੋ, ਹੁਣ ਇਸ ਤੋਂ ਬਾਅਦ ਤੁਸੀਂ ਇਹ ਡਰਿੰਕ ਦੇ ਉੱਪਰ ਜਿਹੜਾ ਛੋਟੇ ਛੋਟੇ ਜਿਹੜੇ ਪਿਆਜ਼ ਕੱਟੇ ਆ ਉਹਨਾਂ ਨੂੰ ਐਡ ਕਰ ਦਿਉ, ਕੁਝ ਕੁ ਪੁਦੀਨੇ ਦੇ ਪੱਤੇ ਪਾ ਲਓ, ਅਤੇ ਇਹ ਤੁਹਾਡਾ ਜਿਹੜਾ ਡਰਿੰਕ ਆ ਜੇ ਤੁਸੀਂ ਇਹਦਾ ਰੋਜ਼ਾਨਾ ਸੇਵਨ ਕਰੋਗੇ ਤਾਂ ਤੁਹਾਡਾ ਜਿਹੜਾ ਬਲੱਡ ਸ਼ੂਗਰ ਆ ਬੜੀ ਜਲਦੀ ਕੰਟਰੋਲ 'ਚ ਰਹਿਣਾ ਸ਼ੁਰੂ ਹੋ ਜਾਊਗਾ, ਅਤੇ ਜਿਨ੍ਹਾਂ ਨੂੰ ਸ਼ੂਗਰ ਨਹੀਂ ਗੀ ਵੀ ਉਹ ਵੀ ਇਸ ਡਰਿੰਕ ਦਾ ਸੇਵਨ ਕਰ ਸਕਦੇ, ਕਿਉਂਕਿ ਇਹ ਅੰਤੜੀਆਂ ਵਾਸਤੇ ਸਾਡੇ ਡਾਈਜੈਸ਼ਨ ਵਾਸਤੇ ਬਹੁਤ ਵਧੀਆ, ਇਹ ਕਬਜ਼ ਦੀ ਪਰੇਸ਼ਾਨੀ ਤੋਂ ਵੀ ਸਾਨੂੰ ਬਚਾ ਕੇ ਰੱਖਦਾ, ਕਬਜ਼ ਦੀ ਪਰੇਸ਼ਾਨੀ ਇਹਦੇ ਨਾਲ ਦੂਰ ਹੁੰਦੀ ਆ, ਇਹਦੇ ਨਾਲ ਨਾਲ ਇਹਦੇ ਨਾਲ ਸਾਡਾ ਭਾਰ ਵੀ ਘੱਟ ਹੁੰਦਾ ਹੈ ਅਤੇ ਸ਼ੂਗਰ ਹੋਣ ਦਾ ਖਤਰਾ ਵੀ ਘੱਟਦਾ ਹੈ। ਸੋ ਦੋਸਤੋ, ਇਹ ਜਿਹੜੇ ਮੈਂ ਤੁਹਾਨੂੰ ਅਨਾਜਾਂ ਦੀ ਗੱਲ ਕੀਤੀ ਹੈ ਇਹਨਾਂ ਦਾ ਜ਼ਰੂਰ ਸੇਵਨ ਕਰਨਾ ਚਾਹੀਦਾ। ਅੱਜ ਕੱਲ੍ਹ ਦੀ ਜਿਹੜੀ ਸਾਇੰਸ ਆ ਉਹ ਸਾਨੂੰ ਇਹ ਦੱਸਦੀ ਆ ਵੀ ਸਾਨੂੰ ਕਣਕ ਅਤੇ ਚਾਵਲ ਦੀ ਬਜਾਏ ਇਸ ਜਿਹੜੇ ਮਿਲਟਸ ਦੀ ਮੈਂ ਗੱਲ ਕੀਤੀ ਆ ਇਹਨਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਦੇ ਸਰੀਰ ਨੂੰ ਬਿਮਾਰੀਆਂ ਤੋਂ ਬਚਾ ਸਕੀਏ। ਅਤੇ ਅੱਜ ਕੱਲ੍ਹ ਜਿਵੇਂ ਰੋਗ ਵੱਧ ਚੁੱਕੇ ਆ, ਪੁਰਾਣੇ ਸਮੇਂ 'ਚ ਤਾਂ ਕਦੇ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਸੀ ਸ਼ੂਗਰ ਕੀ ਹੁੰਦੀ ਆ, ਪਰ ਅੱਜ ਕੱਲ੍ਹ ਜਿਹੜਾ ਵੀ ਬੰਦਾ 40 ਤੋਂ ਉੱਪਰ ਟੱਪਦਾ ਹੈ ਜ਼ਿਆਦਾਤਰ 30% ਲੋਕਾਂ 'ਚ ਸ਼ੂਗਰ ਪਾਈ ਜਾਂਦੀ ਆ। ਸੋ ਜੇ ਅਸੀਂ ਆਪਦੇ ਖਾਣ ਪੀਣ ਦੇ ਤਰੀਕਿਆਂ ਨੂੰ ਬਦਲ ਲਾਂਗੇ ਤਾਂ ਅਸੀਂ ਦਵਾਈਆਂ ਤੋਂ ਵੀ ਬਚੇ ਰਹਿ ਸਕਦੇ ਹਾਂ। ਸੋ ਇਹ ਜਿਹੜੀ ਜਾਣਕਾਰੀ ਮੈਂ ਦੱਸੀ ਇਹਨੂੰ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਲਾਭ ਲੈ ਸਕਣ, ਫਾਇਦਾ ਲੈ ਸਕਣ। ਸੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਅੱਗੇ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਅਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ। ਸੋ ਇਜਾਜ਼ਤ ਦਿਓ, ਧੰਨਵਾਦ।